ਬਿੱਟੂ ਸਾਹਿਬ ਅਕਾਲੀ ਦਲ ਦੇ ਇਲਜ਼ਾਮ ਨੇ ਕਿ ਅੱਜ ਮੁਲਾਕਾਤ ਨਹੀਂ ਕਰਨ ਦਿੱਤੀ ਗਈ ਰਜਵਾਨਾ ਹੋਰਾਂ ਨਾਲ ਮੁਲਾਕਾਤ ਕਰਨੀ ਸੀ ਦੂਜੇ ਪਾਸੇ ਜੇਲ੍ਹ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਨਿਯਮਾਂ ਦੇ ਮੁਤਾਬਕ ਤੁਸੀਂ ਮੁਲਾਕਾਤ ਨਹੀਂ ਕਰ ਸਕਦੇ ਔਰ ਇਸ ਦੀ ਜਾਣਕਾਰੀ 2 ਤਰੀਕ ਨੂੰ ਪਹਿਲਾਂ ਹੀ ਦੇ ਦਿੱਤੀ ਸੀ ਅੰਕਲ ਜੀ ਰਾਜਵਾਨਾ ਤਾਂ ਇਹਨਾਂ ਨੂੰ ਇਹ ਕਹਿ ਚੁੱਕਿਆ ਤੁਸੀਂ ਮਾਫ਼ੀ ਮੰਗੋ 5 ਤਰੀਕ ਤੋਂ ਪਹਿਲਾਂ ਅਕਾਲੀ ਦਲ ਨੂੰ ਤੇ SGPC ਨੂੰ ਉਹਨੇ ਕਿਹਾ ਕਿ ਅਕਾਲ ਸਮੂਹ ਨੇ ਮਾਫ਼ੀ ਮੰਗੋ ਜੀ ਬਚਣ ਦੇ ਮਾਰੇ ਉਹਨੇ ਅੰਦਰੋਂ ਇਹਨਾਂ ਨੂੰ ਕਹਿਣ ਤਾਂ ਵੀ ਮੈਂ ਹੀ ਨਹੀਂ ਗਾ ਇਹਨਾਂ ਨੂੰ ਤੁਸੀਂ ਕਿਹਾ ਮਾਫ਼ੀ ਮੰਗੋ ਅਕਾਲ ਤਖ਼ਤ ਮੂਹਰੇ ਖੜ ਕੇ ਇਹ ਕਰਨ ਨਾਲੇ ਦੂਜੀ ਗੱਲ ਇਸ ਮੇਰੀ ਸੁਣੋ ਆਪਣੇ ਪੰਕਜ ਜੀ ਜਿਹੜਾ ਜੇਲ੍ਹ ਰੂਲਸ ਨੇ ਹੁਣ ਇੱਕ ਤਾਂ ਬੰਦਾ ਫਾਂਸੀ ਤੇ ਹੁਣ ਮਿਲਣ ਨੂੰ ਕਹਾ ਉੱਥੇ ਸੱਤਵਾਂ ਪੁਰਸ਼ ਜਾ ਰਹੇ ਸੀ ਜਿਹੜਾ ਇਹਨਾਂ ਨੂੰ ਮਿਲਣ ਦੇ ਉਹ ਕਹਿੰਦੇ ਕਿ ਭੁੱਖ ਹੜਤਾਲ ਤੇ ਰਜਵਾਨਾ ਕੱਲ ਬੈਠ ਰਹੇ ਨੇ ਔਰ ਇਸ ਵਜ੍ਹਾ ਕਰਕੇ ਉਹਨਾਂ ਨੂੰ ਰੋਕਣ ਦੇ ਲਈ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਜਿਹੜੀ ਮੁਲਾਕਾਤ ਕਰਨੀ ਸੀ ਕੀ ਭੁੱਖ ਹੜਤਾਲ ਤੇ ਨਾਲ ਨਹੀਂ ਭੁੱਖ ਹੜਤਾਲ ਤੇ ਮਾਸਟਰ ਤਾਰਾ ਸਿੰਘ ਜੀ ਬਹਿ ਰਹੇ ਆ ਜਾਂ ਭੁੱਖ ਹੜਤਾਲ ਤੇ ਮਹਾਤਮਾ ਗਾਂਧੀ ਜੀ ਬਹਿ ਰਹੇ ਆ ਇੱਕ ਕ੍ਰਿਮੀਨਲ ਬੰਦਾ ਜਿਹਨੂੰ ਬਣਤੀ ਹੋਈ ਆ ਉਹ ਸਿਰਫ ਬਾਦਲਾਂ ਤੋਂ ਸ਼ਹਿਰਾਂ ਚ ਆਉਣ ਨੂੰ ਵੀ ਮੈਂ ਹੁਣ ਜਿਹੜਾ ਬਾਦਲਾਂ ਦੇ ਨਾਲ ਘਨੇੜੀ ਚੜ ਗਿਆ ਉਹ ਆਪਣਾ ਟੈਗ ਲਾਉਣਾ ਚਾਹੁੰਦਾ ਵੀ ਮੇਰਾ ਟੈਗ ਬਾਦਲਾਂ ਨਾਲੋਂ ਹਟੇ ਜਦੋਂ ਇਹ ਮਾਫ਼ੀ ਮੰਗਣਗੇ ਦਰਬਾਰ ਸਾਹਿਬ ਜਾ ਕੇ ਤੇ ਉਹ ਮੈਂ ਜਿਹੜੀ ਲੋਕ ਚਾਹੁੰਦੇ ਆ ਲੋਕ ਵੀ ਇਹੀ ਚਾਹੁੰਦੇ ਆ ਨਾ ਵੀ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀਆਂ ਕੀਤੀਆਂ ਹੈ ਬਾਦਲਾਂ ਨੇ ਉਹਦੀ ਮਾਫ਼ੀ ਮੰਗਣ ਉਹੀ ਰਾਜਵਾਨਾ ਕਹਿ ਰਿਹਾ ਇਸ ਤਰੀਕੇ ਦੇ ਨਾਲ ਜੀ ਬਿੱਟੂ ਸਾਹਿਬ ਅਕਾਲੀ ਦਲ ਦੇ ਇਲਜ਼ਾਮ ਨੇ ਕਿ ਅੱਜ ਮੁਲਾਕਾਤ ਨਹੀਂ ਕਰਨ ਦਿੱਤੀ ਗਈ ਰਜਵਾਨਾ ਹੋਰਾਂ ਨਾਲ ਮੁਲਾਕਾਤ ਕਰਨੀ ਸੀ ਦੂਜੇ ਪਾਸੇ ਜੇਲ੍ਹ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਨਿਯਮਾਂ ਦੇ ਮੁਤਾਬਕ ਤੁਸੀਂ ਮੁਲਾਕਾਤ ਨਹੀਂ ਕਰ ਸਕਦੇ ਔਰ ਇਸ ਦੀ ਜਾਣਕਾਰੀ 2 ਤਰੀਕ ਨੂੰ ਪਹਿਲਾਂ ਹੀ ਦੇ ਦਿੱਤੀ ਸੀ ਅੰਕਲ ਜੀ ਰਾਜਵਾਨਾ ਤਾਂ ਇਹਨਾਂ ਨੂੰ ਇਹ ਕਹਿ ਚੁੱਕਿਆ ਤੁਸੀਂ ਮਾਫ਼ੀ ਮੰਗੋ 5 ਤਰੀਕ ਤੋਂ ਪਹਿਲਾਂ ਅਕਾਲੀ ਦਲ ਨੂੰ ਤੇ SGPC ਨੂੰ ਉਹਨੇ ਕਿਹਾ ਕਿ ਅਕਾਲ ਸਮੂਹ ਨੇ ਮਾਫ਼ੀ ਮੰਗੋ ਜੀ ਇਹ ਬਚਣ ਦੇ ਮਾਰੇ ਉਹਨੇ ਅੰਦਰੋਂ ਇਹਨਾਂ ਨੂੰ ਕਹਿਣ ਤਾਂ ਵੀ ਮੈਂ ਹੀ ਨਹੀਂ ਗਾ ਇਹਨਾਂ ਨੂੰ ਤੁਸੀਂ ਕਿਹਾ ਮਾਫ਼ੀ ਮੰਗੋ ਅਕਾਲ ਤਖ਼ਤ ਮੂਹਰੇ ਖੜ ਕੇ ਇਹ ਕਰਨ ਨਾਲੇ ਦੂਜੀ ਗੱਲ ਇਸ ਮੇਰੀ ਸੁਣੋ ਆਪਣੇ ਪੰਕਜ ਜੀ ਜਿਹੜਾ ਜੇਲ੍ਹ ਰੂਲਸ ਨੇ ਹੁਣ ਇੱਕ ਤਾਂ ਬੰਦਾ ਫਾਂਸੀ ਤੇ ਹੁਣ ਮਿਲਣ ਨੂੰ ਕਹਾ ਉੱਥੇ ਸੱਤਵਾਂ ਪੁਰਸ਼ ਜਾ ਰਹੇ ਸੀ ਜਿਹੜਾ ਇਹਨਾਂ ਨੂੰ ਮਿਲਣ ਦੇ ਉਹ ਕਹਿੰਦੇ ਕਿ ਭੁੱਖ ਹੜਤਾਲ ਤੇ ਰਜਵਾਨਾ ਕੱਲ ਬੈਠ ਰਹੇ ਨੇ ਔਰ ਇਸ ਵਜ੍ਹਾ ਕਰਕੇ ਉਹਨਾਂ ਨੂੰ ਰੋਕਣ ਦੇ ਲਈ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਜਿਹੜੀ ਮੁਲਾਕਾਤ ਕਰਨੀ ਸੀ ਕੀ ਭੁੱਖ ਹੜਤਾਲ ਤੇ ਨਾਲ ਭੁੱਖ ਹੜਤਾਲ ਤੇ ਮਾਸਟਰ ਤਾਰਾ ਸਿੰਘ ਜੀ ਬਹਿ ਰਹੇ ਆ ਜਾਂ ਭੁੱਖ ਹੜਤਾਲ ਤੇ ਮਹਾਤਮਾ ਗਾਂਧੀ ਜੀ ਬਹਿ ਰਹੇ ਆ ਇੱਕ ਕ੍ਰਿਮੀਨਲ ਬੰਦਾ ਜਿਹਨੂੰ ਬਣਤੀ ਹੋਈ ਆ ਉਹ ਸਿਰਫ ਬਾਦਲਾਂ ਤੋਂ ਸ਼ਹਿਰਾਂ ਚ ਆਉਣ ਨੂੰ ਵੀ ਮੈਂ ਹੁਣ ਜਿਹੜਾ ਬਾਦਲਾਂ ਦੇ ਨਾਲ ਘਨੇੜੀ ਚੜ ਗਿਆ ਉਹ ਆਪਣਾ ਟੈਗ ਲਾਉਣਾ ਚਾਹੁੰਦਾ ਵੀ ਮੇਰਾ ਟੈਗ ਬਾਦਲਾਂ ਨਾਲੋਂ ਹਟੇ ਜਦੋਂ ਇਹ ਮਾਫ਼ੀ ਮੰਗਣਗੇ ਦਰਬਾਰ ਸਾਹਿਬ ਜਾ ਕੇ ਤੇ ਉਹ ਮੈਂ ਜਿਹੜੀ ਲੋਕ ਚਾਹੁੰਦੇ ਆ ਲੋਕ ਵੀ ਇਹੀ ਚਾਹੁੰਦੇ ਆ ਨਾ ਵੀ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀਆਂ ਕੀਤੀਆਂ ਹੈ ਬਾਦਲਾਂ ਨੇ ਉਹਦੀ ਮਾਫ਼ੀ ਮੰਗਣ ਉਹੀ ਰਾਜਵਾਨਾ ਕਹਿ ਰਿਹਾ ਇਸ ਤਰੀਕੇ ਦੇ ਨਾਲ ਜੀ